ਅਬੋਹਰ ਵਾਸੀ ਡਾਕਟਰ ਬਵੀਤਾ ਨੇ ਨਾਗਪਾਲ ਇਲੈਕਟ੍ਰੋਨਿਕਸ ਦੇ ਮਾਲਕ ਤੇ ਆਰੋਪ ਲਗਾਉਂਦਿਆਂ ਦੱਸਿਆ ਕਿ ਉਹਨਾਂ ਦੇ ਹਸਪਤਾਲ ਵਿੱਚ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਜਿਸ ਦਾ ਮਲਬਾ ਉਹ ਖਾਲੀ ਪਲਾਟ ਵਿੱਚ ਸੁੱਟ ਰਹੇ ਹਨ ਜੋ ਕਿ ਨਾਗਪਾਲ ਇਲੈਕਟ੍ਰੋਨਿਕਸ ਦੇ ਮਾਲਕ ਦਾ ਹੈ। ਸ਼ੁੱਕਰਵਾਰ ਨੂੰ ਜਦੋਂ ਡਾਕਟਰ ਬਵੀਤਾ ਘਰ ਗਈ ਸੀ ਤਾਂ ਨਾਗਪਾਲ ਇਲੈਕਟ੍ਰੋਨਿਕਸ ਦੇ ਮਾਲਕ ਨੇ ਹਸਪਤਾਲ ਵਿੱਚ ਆ ਕੇ ਸਟਾਫ ਨਾਲ ਗਾਲੀ ਗਲੋਚ ਕੀਤਾ। ਉਹਨਾਂ ਨੂੰ ਪਤਾ ਲੱਗਣ ਤੇ ਉਹ ਖੁਦ ਅਤੇ ਉਸ ਦੀ ਭੈਣ ਨਾਗਪਾਲ ਇਲੈਕਟ੍ਰੋਨਿਕ ਤੇ ਗਏ ਸਨ, ਲੇਕਿਨ ਉਕਤ ਦੁਕਾਨ ਮਾਲਕ ਨੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ। ਇਸ ਮਾਰਕੁੱਟ ਦੌਰਾਨ ਡਾਕਟਰ ਬਵੀਤਾ ਦੀ ਬਾਂਹ ਤੇ ਕਾਫੀ ਸੱਟ ਲੱਗੀ। ਆਸ ਪਾਸ ਦੇ ਦੁਕਾਨਦਾਰਾਂ ਨੇ ਉਹਨਾਂ ਨੂੰ ਛੁਡਵਾਇਆ ਅਤੇ ਹਸਪਤਾਲ ਦਾਖਲ ਕਰਵਾਇਆ। ਜਦੋਂ ਇਸ ਸੰਬੰਧ ਵਿੱਚ ਨਾਗਪਾਲ ਇਲੈਕਟ੍ਰੋਨਿਕਸ ਦੇ ਮਾਲਕ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦੇ ਬੇਟੇ ਨੇ ਸਾਰੇ ਆਰੋਪਾਂ ਨੂੰ ਨਕਾਰ ਦਿੱਤਾ ਅਤੇ ਕਿਹਾ ਕਿ ਡਾਕਟਰ ਬਵੀਤਾ ਉਹਨਾਂ ਦੇ ਪਲਾਟ ਵਿੱਚ ਗੰਦਗੀ ਫੈਲਾਉਂਦੀ ਹੈ ਅਤੇ ਉਹਨਾਂ ਆਰੋਪ ਲਗਾਏ ਕਿ ਡਾਕਟਰ ਬਵੀਤਾ ਨੇ ਉਹਨਾਂ ਦੀ ਦੁਕਾਨ ਤੇ ਆ ਕੇ ਉਹਨਾਂ ਦੇ ਸਮਾਨ ਦੀ ਭੰਨਤੋੜ ਵੀ ਕੀਤੀ। ਇਸ ਸੰਬੰਧ ਵਿੱਚ ਥਾਣਾ ਸਿਟੀ ਦੇ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਹਸਪਤਾਲ ਦੀ MLR ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੀ ਦੀ ਰਿਪੋਰਟ, ਜਗਤ ਸਿੰਘ, ਵੈਬ TV। ਪੁਲਿਸ ਨੂੰ ਫੋਨ ਕੀਤਾ ਵੀ ਮੇਰਾ ਹੱਥ ਨਹੀਂ ਜੜਦੇ ਪਏ, ਮੇਰਾ ਹੱਥ ਜ਼ਿਆਦਾ ਬਹੁਤ ਪੇਨ ਹੋਣ ਲੱਗ ਗਿਆ। ਫਿਰ ਮੈਂ ਜਦੋਂ ਆਪਣੀ ਸਿਸਟਰ ਨੂੰ ਕਿਹਾ ਮੈਂ ਕਿ ਤੂੰ ਫੋਟੋ ਖਿੱਚ ਲੈ ਇਹਨਾਂ ਦੀ, ਇਹਨਾਂ ਜੇ ਹੱਥ ਬੜੀ ਜਾਂਦੇ, ਜਦੋਂ ਫੋਟੋ ਦਾ ਨਾਂ ਲਿਆ ਫਿਰ ਫਟਾਫਟ ਇਹਨੇ ਚੜ੍ਹਤਾ ਅਤੇ ਫਿਰ ਅਸੀਂ ਸਿੱਧਾ ਸਿਵਲ ਹੋਸਪਿਟਲ ਆ ਗਏ। ਕੁਛ ਵੀ ਨਹੀਂ ਸੀਗਾ, ਕੁਛ ਵੀ ਨਹੀਂ ਸੀਗਾ। ਮੈਂ ਤਾਂ ਡਿਊਟੀ ਤੋਂ ਆ ਰਹੀ ਸੀ, 2 ਵਜੇ ਮੇਰੀ ਡਿਊਟੀ ਖਤਮ ਹੋਈ। ਮੈਂ ਅੱਜ ਕੱਲ੍ਹ SMO ਜੰਡ ਵਾਲਾ ਵੀ ਭੇਜਾਂ, ਸੀਨੀਅਰ ਮੈਡੀਕਲ ਆਫਿਸਰ ਆ, ਉਹ ਤੋਂ ਮੈਂ ਕੰਮ ਕਰਕੇ ਡਿਊਟੀ ਤੋਂ ਆ ਰਹੀ ਸੀ ਤਾਂ ਮੈਨੂੰ ਆ ਕੇ ਕੁੜੀਆਂ ਨੇ ਦੱਸਿਆ, ਕਹਿੰਦੇ ਵੀ ਉਹ ਆਏ ਸੀ ਅਤੇ ਬਹੁਤ ਗੰਦੀਆਂ ਗਾਲਾਂ ਕੱਢ ਕੇ ਗਏ ਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮੈਂ ਗੱਲ ਕਰਕੇ ਆਉਂਦੀ ਹਾਂ। ਮੈਂ ਉਹਨਾਂ ਨੂੰ ਕਹਿੰਦੀ ਹਾਂ ਵੀ ਜੇ ਕੋਈ ਗੱਲ ਕਰਨੀ ਹੋਵੇ ਜਦੋਂ ਮੈਂ ਪ੍ਰੈਜੈਂਟ ਹੋਵਾਂ ਉਦੋਂ ਕਰ ਲਿਆ ਕਰੋ। ਅਤੇ ਅਸੀਂ ਉਹਨਾਂ ਦੇ ਗੇਟ 'ਤੇ ਅਜੇ ਪਹੁੰਚੇ ਹੀ ਸੀ, ਮੈਂ ਗੇਟ 'ਤੇ ਮੈਂ ਕਿਹਾ ਸਰ ਪਲੀਜ਼ ਗੱਲ ਸੁਣ ਲਓ। ਅਤੇ ਉਹਨਾਂ ਨੇ ਤਾਂ ਬਸ ਮੇਰਾ ਖੱਬਾ ਹੱਥ ਫੜਿਆ, ਇੱਕ ਹੱਥ ਇਹਨੂੰ ਫੜਿਆ, ਇੱਕ ਹੱਥ ਮੈਨੂੰ ਅੰਦਰ ਗੜੀਸ ਕੇ ਹੀ ਲੈ ਗਏ, ਇੱਕਦਮ ਗੜੀਸ ਕੇ ਹੀ ਲੈ ਗਏ। ਅਤੇ ਉੱਤੇ ਬਸ ਜੋ ਮਾਰਨਾ ਸ਼ੁਰੂ ਕੀਤਾ, ਤੂੰ ਇਹ ਕਰਦੀ ਹੈ, ਤੂੰ ਇਹ ਕਰਦੀ ਹੈ, ਤੂੰ ਇਹ ਕਰਦੀ ਹੈ, ਤੂੰ ਇਹ ਕਰਦੀ ਹੈ, ਤੂੰ ਪਤਾ ਨਹੀਂ ਉਹਨੂੰ ਮੇਰੇ ਤੋਂ ਕੀ ਰੰਜਿਸ਼ ਸੀ, ਕੀ ਖੁੰਦਕ ਸੀ, ਮੈਨੂੰ ਤਾਂ ਕੁਛ ਸਮਝ ਨਹੀਂ ਆਈ। ਕਿਉਂਕਿ ਅੱਗੇ ਸਵਿਤਾ ਕੁਛ ਵੀ ਨਹੀਂ, ਮਾੜੀ ਜਿਹੀ ਗੱਲ ਸੀ। ਸਾਹਮਣੇ ਥੋੜ੍ਹਾ ਜਿਹਾ ਜਿਵੇਂ ਖਾਲੀ ਪਲੋਟ ਪਿਆ ਹੋਇਆ ਸੀ, ਇਹਨਾਂ ਦਾ ਕੰਮ ਚੱਲਦਾ ਪਿਆ, ਅਤੇ ਉਹ ਉੱਥੇ ਰੱਖ ਦਿੰਦੇ ਸੀ ਵੀ ਚਲੋ ਸ਼ਾਮ ਟਾਈਮ ਰੇੜੇ ਤੋਂ ਚੱਕਵਾ ਦਾਂਗੇ। ਅਤੇ ਪਿੱਛੋਂ ਪਤਾ ਲੱਗਿਆ ਅੱਜ ਜਿਵੇਂ ਵੀ ਕਾਫੀ ਕੁਛ ਕਹਿ ਕੇ ਗਏ, ਅਸੀਂ ਸੋਚਿਆ ਵੀ ਚਲੋ ਕਹਿ ਜਾਂਦੇ ਹਾਂ ਵੀ ਸ਼ਾਮ ਨੂੰ ਅਸੀਂ ਚੱਕਵਾ ਦਾਂਗੇ। ਅਸੀਂ ਤਾਂ ਬਾਹਰ ਹੀ ਖੜ੍ਹੇ ਸੀ ਉਹਨੇ, ਅਸੀਂ ਸਿੰਪਲ ਹੀ ਕਿਹਾ ਕਿ ਸਰ ਗੱਲ ਸੁਣੋ, ਅਤੇ ਉਹ ਤਾਂ ਅੰਦਰ ਘਸੀੜ ਕੇ ਲੈ ਗਿਆ, ਇੱਕ ਹੱਥ ਨਾਲ ਇਹਨਾਂ ਨੂੰ ਅਤੇ ਇੱਕ ਹੱਥ ਨੂੰ, ਮੇਰਾ ਤਾਂ ਹੱਥ ਹੀ ਮਰੋੜਤਾ ਇਹਨਾਂ, ਮੈਨੂੰ ਛੁਡਾਉਣ ਵਜੇ ਇਹਨਾਂ ਨੂੰ ਤਾਂ ਇੰਨਾ ਮਾਰਿਆ, ਇੰਨਾ ਜ਼ਿਆਦਾ। 25 ਜਣੇ ਖੜ੍ਹੇ ਹੋਣਗੇ, 25 ਜਣਿਆਂ ਵਿੱਚੋਂ ਕਿਸੇ ਨੇ ਵੀ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਾਰੇ ਦੇਖੇ ਜਾਂਦੇ ਸੀ, ਅੰਦਰ ਘਸੀੜ ਕੇ ਲੈ ਗਏ। ਔਰ ਅੰਦਰ ਸਾਰੇ ਹੀ ਬੜੇ ਸੀ, ਫਿਰ ਨਾਲ ਸਾਰੀ ਸੜਕ ਦੇ ਬੰਦੇ ਹੋਣਗੇ ਜਿਹੜੇ ਖੜ੍ਹੇ ਸੀ, ਔਰ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਛੁਡਾਉਣ ਦੀ। ਵਾਧੂ ਮਾਰਿਆ ਇਹਨਾਂ ਨੂੰ ਵੀ, ਇੰਨਾ ਕੁੱਟਿਆ ਅਤੇ ਮੈਨੂੰ ਵੀ ਇੰਨਾ ਕੁੱਟਿਆ। ਜ਼ਿਆਦਾ ਹੱਥ 'ਤੇ ਸਾਰੇ ਦੇਖੋ ਮਾਰਿਆ, ਅਤੇ ਦੇਖੋ ਕਿੰਨਾ ਥੱਪੜ ਹੀ ਇੰਨੇ ਜ਼ਿਆਦਾ ਮਾਰੇ ਨਾ, ਮੂੰਹ 'ਤੇ ਬਹੁਤ ਜ਼ਿਆਦਾ ਮਾਰਿਆ, ਪਹਿਲੇ ਮੇਰਾ ਮਾਰਿਆ, ਪਹਿਲੇ ਲੱਤਾਂ ਨਾਲ ਮਾਰਿਆ, ਹੱਥ ਨਾਲ ਮੈਂ ਆਪਣੇ ਆਪ ਨੂੰ ਛੁਡਾ ਲਿਆ, ਜਿਵੇਂ ਹੱਥ ਮੇਰਾ ਨਾ ਬਿਲਕੁਲ ਹੀ ਮਰੋੜਤਾ, ਜਿਵੇਂ ਬਹੁਤ ਬੁਰੀ ਤਰ੍ਹਾਂ ਉਹ ਛੁਡਾਉਣ ਲੱਗੇ ਅਤੇ ਇਹਨਾਂ ਨੂੰ ਫੜ ਲਿਆ। ਇਹਨਾਂ ਨੂੰ ਤਾਂ ਛੱਡਿਆ ਹੀ ਨਹੀਂ ਬਿਲਕੁਲ ਹੀ, ਮੈਂ ਛੁਡਾਉਣ ਦੀ ਕੋਸ਼ਿਸ਼ ਕਰਾਂ, ਮੈਨੂੰ ਇੰਨਾ ਮਾਰਿਆ, ਇੰਨਾ ਜ਼ਿਆਦਾ ਜਿਵੇਂ ਹੱਥ ਨਾਲ ਮਾਰੇ, ਪੈਰ ਨਾਲ ਮਾਰੇ, ਅਤੇ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਕੱਢੇ, ਬਹੁਤ ਜ਼ਿਆਦਾ ਗੰਦੀਆਂ, ਜਿਹੜੀ ਦੱਸ ਵੀ ਨਹੀਂ ਸਕਦੀ ਇੰਨੀ ਗੰਦੀ ਗਾਲ। ਇਹ ਨਾਗਪਾਲ ਇਲੈਕਟ੍ਰੋਨਿਕਸ ਦਾ ਮਾਲਿਕ ਸੀ, ਆਪ ਤਾਂ ਨਾਮ ਨਹੀਂ ਪਤਾ, ਨਾਗਪਾਲ ਹੀ ਕਹਿੰਦੇ ਹੁਣ, ਮੋਟਾ ਜਿਹਾ ਹੈਗਾ ਸੀ। ਕੋਈ ਰੀਜ਼ਨ ਨਹੀਂ, ਬਸ ਐਂਟਰ ਹੀ ਨਹੀਂ ਕਰਦੇ, ਕਹਿੰਦੇ ਹਾਂ ਕਰਾਂਗੇ ਗੁੰਡਾਗਰਦੀ, ਅਸੀਂ ਤਾਂ ਕਹਿੰਦੇ ਇਸ ਤਾਂ ਕਰਾਂਗੇ ਗੁੰਡਾਗਰਦੀ, ਜਿੰਨਾ ਮਰਜ਼ੀ ਕਰ ਲਓ।